ਜਿੱਥੇ ਲੋਕ ਸਭਾ ਚੋਣਾਂ ਦੇ ਚਲਦਿਆਂ ਹਰ ਪਾਸੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਉੱਥੇ ਫਿਰੋਜ਼ਪੁਰ 'ਚ ਦਿਨ ਦਿਹਾੜੇ ਵਾਪਰੀ ਘਟਨਾ ਨੂੰ ਦੇਖਦੇ ਹੋਏ ਇਹ ਦਾਅਵੇ ਫਿੱਕੇ ਪੈਂਦੇ ਨਜ਼ਰ ਆਏ। ਦਰਅਸਲ ਫਿਰੋਜ਼ਪੁਰ ਦੇ ਦਿੱਲੀ ਗੇਟ ਦੇ ਬਾਜ਼ਾਰ 'ਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਤੇ ਐਕਟਿਵਾ ਸਵਾਰਾਂ 'ਚ ਆਪਸੀ ਟੱਕਰ ਹੋਣ ਕਾਰਨ ਦੋਨਾਂ ਵਿਚਕਾਰ ਝਗੜਾ ਹੋ ਗਿਆ। ਝਗੜੇ ਦੇ ਚਲਦਿਆਂ ਐਕਟਿਵ ਸਵਾਰ ਨੇ ਪਿਸਤੌਲ ਕੱਢ ਕੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਅਸ਼ੋਕ ਕੁਮਾਰ, ਕੀ ਗੱਲ ਕੀ ਹੋਈ ਸੀ? ਸਮਾਨ ਲੈਣ ਕੁਝ ਦਿੱਲੀ ਗੇਟ ਆਏ ਸਾਂ, ਵਾਪਸ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਵਿੱਚ ਮੁੰਡੇ ਨੇ ਆ ਕੇ ਐਕਟਿਵਾ ਮਾਰੀ। ਐਕਟਿਵਾ ਮਾਰਨ ਦੇ ਬਾਅਦ ਵਿੱਚ ਹੱਥੋਪਾਈ ਹੋ ਗਿਆ। ਜਦੋਂ ਹੱਥੋਪਾਈ ਆ ਤਾਂ ਉਸ ਤੋਂ ਬਾਅਦ ਉਹਦੇ ਕੁਝ ਸਾਥੀ ਵੀ ਖੜੇ ਸੀ, ਉਹਨਾਂ ਦੇ ਕੋਲੇ ਹੈ ਸੀ ਗੱਟੇ, ਉਹਨਾਂ ਨੇ ਗੱਟਿਆਂ 'ਚ ਫਾਇਰ ਕਰਨਾ। ਬੰਦੇ ਪਹਿਚਾਣਦੇ ਤੁਸੀਂ? ਬੰਦੇ ਸਿਆਲ ਲੋਕ ਦੇਸੀ ਦੇਸੀ ਪਿਸਤੌਲ ਸੀ ਦੇਸੀ। ਠੀਕ ਹੈ ਜੀ, ਤੁਸੀਂ ਕਿੰਨੇ ਜਾਣੇ ਸੀਗੇ? ਮੈਂ, ਮੇਰਾ ਬੇਟਾ ਔਰ ਮੇਰਾ ਦੋ ਬ੍ਰਦਰ। ਠੀਕ ਹੈ ਜੀ, ਤੁਹਾਡੀ ਕਿੱਥੇ ਕਿੱਥੇ ਸੱਟ ਆ ਗਈ? ਫਾਇਰ ਮਾਰਿਆ ਫੱਟ 'ਚ, ਇਹਨਾਂ ਦਾ ਕੀ ਨਾਮ ਆ? ਜਿਸ ਮਗਰੋਂ ਉਹਨਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਜ਼ਿਆਦਾ ਗੰਭੀਰ ਦੇਖਦਿਆਂ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਇਸ ਦੇ ਨਾਲ ਹੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਦੋਨਾਂ ਪਾਸੋਂ ਇੱਕ ਦੇ ਐਕਟਿਵਾ ਰਹੀ ਸੀ, ਮੋਟਰਸਾਈਕਲ ਦੇ ਆਪਸ ਟਕਰਾਅ ਹੋਇਆ। ਹਾਂਜੀ, ਸਡਨਲੀ ਇਹਨਾਂ ਨੇ ਪਿਸਤੌਲ ਦਾ ਫਾਇਰ ਕੀਤਾ ਹੈਗਾ ਤੇ ਮੌਕੇ ਤੇ ਦੋ ਇੰਜਰਡ ਨੂੰ ਮਿਲਿਆ ਹੈਗਾ। ਹਾਂਜੀ, ਤੇ ਬਾਕੀ ਉਹਦੇ ਡੀਐਸਪੀ ਸਾਹਿਬ ਡੀ ਤੇ ਐਸਐਚਓ ਮੌਕੇ ਤੇ ਪੇਸ਼ ਕਰ ਰਹੇ ਨੇ ਤੇ ਫਾਈਨਲਾਈਜ਼ੇਸ਼ਨ ਦੀ ਬਾਅਦ ਪ੍ਰੋਪਰ ਇਨਵੈਸਟੀਗੇਸ਼ਨ। ਇਹਨਾਂ ਨੂੰ ਕੋਈ ਆਪਸੀ ਪਹਿਲਾਂ ਰਹਿੰਦੇ ਸੀ? ਇਹਨਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਾਂਗੇ ਇੱਥੇ। ਸਰ, ਹੁਣ ਇਲੈਕਸ਼ਨ ਚੱਲਦਾ ਪਿਆ, ਹਥਿਆਰ ਜਮ੍ਹਾਂ ਹੁੰਦੇ ਫਿਰ ਵੀ ਸ਼ਰੇਆਮ ਉਹ ਦੇਖਦਾ ਇਲੀਗਲ ਹੈ ਕਿ ਇਲੀਗਲ, ਕਿਉਂਕਿ ਲਾਇਸੈਂਸ ਵੀ ਪੇਪਰਾਂ 'ਤੇ ਜਮ੍ਹਾਂ ਕਰਦੇ ਹੁੰਦੇ, ਜਿਹੜੇ ਇਹ ਵੈਰੀਫਾਈ ਕਰਾਂਗੇ ਵੀ ਇਲੀਗਲ ਹੈ ਕਿ ਇਲੀਗਲ ਹੈ। ਸਰ, ਇਹ ਬਾਜ਼ਾਰ ਦੇ ਵਿੱਚ ਹੋਇਆ ਵਾ? ਇਹ ਬਾਜ਼ਾਰ 'ਤੇ, ਹਾਂ ਬਾਜ਼ਾਰ ਦੇ ਸੈਂਟਰ ਦੇ ਵਿੱਚ। ਸਰ, ਮੌਕੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ? ਸੀਸੀ ਫੋਟੋ ਦੀ ਪੜਤਾਲ ਐਸਐਚਓ ਸਿਟੀ ਮੌਕੇ ਦੀ ਪੜਤਾਲ ਕਰ ਰਹੇ ਨੇ, ਡੀਐਸਪੀ ਜੀ ਸਾਹਿਬ ਮੌਕੇ 'ਤੇ ਨੇ, ਤਾਂ ਅਸੀਂ ਪਬਲਿਕ 'ਚ ਵੀ ਸਹਿਯੋਗ ਲੈ ਰਹੇ ਹਾਂ ਅਤੇ ਅਸੀਂ ਕੋਈ ਫੋਟੋਜ਼ ਵਗੈਰਾ ਸਾਨੂੰ ਮਿਲ ਜਾਂਦੀ ਹੈ ਅਤੇ ਬਹੁਤ ਜਲਦੀ ਅਸੀਂ ਇੰਸਟੀਟਿਊਟ ਤੱਕ ਪਹੁੰਚਾਂਗੇ। ਪਤਾ ਲੱਗਾ ਕਿ ਦੇਸੀ ਜਿਹੜੇ ਹਥਿਆਰ ਸੀ ਇਹਨਾਂ ਕੋਲ, ਜਿਵੇਂ ਦੇਸੀ ਕੱਟੇ ਸੁਣਨ ਵਿੱਚ ਆਇਆ, ਅਜੇ ਫਿਲਹਾਲ ਵੈਰੀਫਾਈ ਕਰਾਂਗੇ। ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ ਆਦਰਸ਼ ਚੋਣ ਜ਼ਾਬਤੇ ਦੇ ਚਲਦਿਆਂ ਜਿੱਥੇ ਪ੍ਰਸ਼ਾਸਨ ਵੱਲੋਂ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪੰਜਾਬ ਪੁਲਿਸ ਤੇ ਚੋਣ ਕਮਿਸ਼ਨ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਜ਼ਰੂਰ ਲਗਾਉਂਦਾ ਹੈ। ਪਰ ਇੱਥੇ ਸਵਾਲ ਇਹੀ ਖੜਾ ਹੁੰਦਾ ਹੈ ਕਿ ਆਦਰਸ਼ ਚੋਣ ਜ਼ਾਬਤੇ ਦੇ ਚਲਦਿਆਂ ਜਿੱਥੇ ਪ੍ਰਸ਼ਾਸਨ ਵੱਲੋਂ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਲੈਣ ਦੇ ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪੰਜਾਬ ਪੁਲਿਸ ਤੇ ਚੋਣ ਕਮਿਸ਼ਨ ਦੀ ਕਾਰਵਾਈ ਤੇ ਸਵਾਲੀਆ ਨਿਸ਼ਾਨ ਜ਼ਰੂਰ ਲਗਾਉਂਦੇ ਨੇ।